ਉਹ ਤੈਨੂੰ ਤਾਂ ਮੈਂ ਟਿੱਡੀਏ ਜੀ ਚੱਕ ਕੇ ਹੀ ਲੈ ਆਉਂਗੀ। ਮੈਂ ਮਾੜਾ ਜਿਹਾ ਬਹਿ ਕੇ ਦੇਖ ਲਾਂ। ਤੁਹਾਨੂੰ ਪਤਾ ਸੀ ਵੀ ਸਕੂਟਰੀ ਦੇਣੀ ਆ। ਬਾਪੂ ਜੀ ਨੇ ਕਿਹਾ ਕਿ ਜੇ ਭੂਆ ਨੇ ਸਾਡੇ ਨਾਲ ਦੁਬਾਰਾ ਵਰਤਣਾ ਨਾ ਸਹਿਨ ਕਰ ਦੇਵੇ। ਮੇਰੇ ਸਾਹਾਂ ਦੇ ਬਦਲੇ ਤੂੰ ਆ ਜਾਵੇ ਵੀਰੇ। ਪੁੱਤ ਕੀ ਹੋ ਗਿਆ, ਕੀ ਸੋਚੀ ਜਾਨੀ ਆ? ਇੱਕੋ ਥਾਂ ਤੇ ਟਿਕਟਿਕੀ ਲਾ ਕੇ ਦੇਖੀ ਜਾਨੀ ਆ, ਕੀ ਹੋਇਆ? ਚਾਚੀ ਜੀ, ਮੈਂ ਇਹ ਸੋਚਦੀ ਆ ਵੀ ਮੈਂ ਵੀਰੇ ਤੋਂ ਪ੍ਰੋਮਿਸ ਲਿਆ ਸੀਗਾ ਵੀ ਮੇਰੇ ਵਿਆਹ ਤੋਂ ਬਾਅਦ ਉਹ ਮੰਮੀ ਤੇ ਬਾਪੂ ਜੀ ਦਾ ਧਿਆਨ ਰੱਖੂਗਾ। ਤੇ ਉਹ ਹਜੇ ਤਾਂ ਮੇਰਾ ਵਿਆਹ ਵੀ ਨਹੀਂ ਹੋਇਆ ਤੇ ਪਹਿਲਾਂ ਹੀ ਬਾਪੂ ਜੀ ਨੂੰ ਇੰਨਾ ਬੋਲ ਪਿਆ। ਪੁੱਤ ਹੁਣ ਤੈਨੂੰ ਕੀ ਦੱਸੀਏ, ਇਹ ਅਮਰ ਬੋਲਦਾ ਕਿ ਬੁਲਵਾਇਆ ਜਾਂਦਾ? ਇਹ ਜਿਹੜੇ ਧੋਲੇ ਆਏ ਨੇ ਨਾ, ਇਹ ਧੁੱਪ 'ਚ ਨਹੀਂ ਚਿੱਟੇ ਕੀਤੇ, ਇਹ ਸਾਰਾ ਕੁਛ ਦੇਖ ਦੇਖ ਕੇ ਹੀ ਹੋਏ ਨੇ। ਭਾਬੀ ਨੂੰ ਕਿੱਦਾਂ ਲੋਟ ਕਰਾਂ, ਮੇਰੇ ਤਾਂ ਸਮਝ ਤੋਂ ਬਾਹਰ ਆ। ਪੁੱਤੇ 'ਚ ਕੀ ਕਰ ਸਕਦੇ ਹਾਂ, ਇਹ ਤਾਂ ਉਹਦੀ ਆਪਦੀ ਅਕਲ ਆ। ਜਿੰਨੀ ਕੁ ਅਕਲ ਉਹਨੂੰ ਹੈਗੀ ਆ ਉਹਨੇ ਵਰਤ ਲਈ। ਹੁਣ ਅੱਜ ਇਹ ਦੇਖ ਲਾ, ਸਵੇਰ ਦੀ ਅੰਦਰ ਬੜੀ ਬੈਠੀ ਆ, ਬਾਹਰ ਨਿਕਲੀ ਹੋਈ ਨਹੀਂ। ਮੰਮੀ ਮੈਂ ਗੱਲ ਕਰਕੇ ਦੇਖਾਂ ਭਾਬੀ ਨਾਲ, ਪਿਆਰ ਜੇ ਨਾਲ। ਰਹਿਣ ਦੇ ਪੁੱਤ, ਪਹਿਲਾਂ ਬਥੇਰੀ ਵਾਰ ਉਹਦੇ ਨਾਲ ਪਿਆਰ ਨਾਲ ਗੱਲ ਕਰਕੇ ਦੇਖ ਲਈ ਆ, ਉਹ ਤੇਰੀ ਗੱਲ ਦਾ ਹੋਰ ਏ ਮਤਲਬ ਕੱਢ ਲੂਗੀ। ਤੂੰ ਸੁੱਖੀ ਸਾਂਦੀ ਆਪਦੇ ਘਰ ਜਾ ਪੁੱਤ। ਕਮਾਲ ਦੀ ਗੱਲ ਆ ਮੰਮੀ, ਤੁਸੀਂ ਮੈਨੂੰ ਕੱਢਣ ਨੂੰ ਫੇਰਦੇ ਹੋ। ਮੈਂ ਐਂ ਕਰਦੀ ਹਾਂ, ਅਮਰ ਵੀਰੇ ਨਾਲ ਗੱਲ ਕਰਦੀ ਹਾਂ ਵੀ ਜਿਹੜਾ ਤੂੰ ਮੇਰੇ ਨਾਲ ਵਾਅਦਾ ਕੀਤਾ ਸੀ ਤੂੰ ਉਹ ਭੁੱਲ ਗਿਆ? ਕੀ ਗੱਲ ਕਰਨੀ ਹੈ ਮੇਰੇ ਨਾਲ ਦੱਸ। ਆਹੀ ਵੀਰੇ, ਤੂੰ ਮੇਰੇ ਨਾਲ ਵਾਅਦਾ ਕੀਤਾ ਸੀ ਨਾ ਵੀ ਤੂੰ ਬਾਪੂ ਜੀ ਦੇ ਅੱਗੇ ਕੁਛ ਨਹੀਂ ਬੋਲੇਗਾ, ਤੂੰ ਫੇਰ ਬੋਲ ਪਿਆ। ਮੈਂ ਬੋਲਿਆ ਕਿੱਥੇ ਆ, ਪਿਆਰ ਨਾਲ ਤਾਂ ਗੱਲ ਕੀਤੀ ਆ। ਅਮਰ ਗੱਲ ਸੁਣਿਓ ਇੱਕ ਮਿੰਟ। ਆਉਣਾ ਬਾਅਦ ਚ ਗੱਲ ਕਰਦਾ ਤੇਰੇ ਨਾਲ ਮੈਂ। ਲੈ ਦੇਖ ਲਾ, ਭੈਣ ਭਰਾ ਨੂੰ ਇੱਕ ਮਿੰਟ ਗੱਲ ਵੀ ਨਹੀਂ ਕਰਨ ਦਿੱਤੀ, ਮਗਰੇ ਨਿਕਲ ਕੇ ਆਵਾਜ਼ ਮਾਰ ਲਈ। ਇੱਕ ਮਿੰਟ ਮੰਮੀ, ਮੈਂ ਹੁਣੀ ਆਈ, ਉਹ ਪਤਾ ਤਾਂ ਲੱਗੇ ਵੀ ਗੱਲ ਕਰਦੇ ਕੀ ਆ। ਨੀ ਕੁੜੀ, ਹਾਏ ਨੀ, ਪਤਾ ਨੀ ਕਿੱਦਾਂ ਦਾ ਦਿਮਾਗ ਆ ਇਹਦਾ। ਹਾਂ ਦੱਸ। ਇੱਕ ਮਿੰਟ ਅੰਦਰ ਆਓ, ਆਪਣੇ ਜਿਹੜੇ ਕੱਪੜੇ ਕੁਪੜੇ ਨੇ ਨਾ ਮੈਨੂੰ ਦੋ ਛੇਤੀ, ਮੈਂ ਪੈਕ ਕਰਾਂ। ਉਹ ਤੂੰ ਕੱਪੜੇ ਕਦੋਂ ਪੈਕ ਕਰੀ ਜਾਂਦੀ ਆ, ਚੱਲੀਆਂ ਕਿਤੇ? ਉਹ ਜੇ ਮੈਂ ਤੁਹਾਡੇ ਕੱਪੜੇ ਨਾਲ ਮੰਗੇ ਨੇ ਨਾ, ਇਹਦਾ ਮਤਲਬ ਇਹ ਆ ਵੀ ਮੈਂ ਕੱਲੀ ਨਹੀਂ ਚੱਲੀ, ਤੁਸੀਂ ਮੇਰੇ ਨਾਲ ਹੀ ਚੱਲੇ ਹੋ। ਉਹ ਹੌਲੀ ਬੋਲਿਆ, ਸਾਰੇ ਜਣੇ ਬਾਹਰ ਬੈਠੇ ਆ, ਜੇ ਸੁਣ ਲਿਆ ਫੇਰ? ਉਹ ਜਾਣਾ ਕਿੱਥੇ ਤੂੰ ਇਹ ਦੱਸ। ਆਪਣੀ ਨਵੀਂ ਕੋਠੀ 'ਚ, ਉਹ ਜਦ ਜਗ੍ਹਾ ਆਪਣੇ ਨਾਮ ਹੋ ਗਈ ਫਿਰ ਜ਼ਰੂਰੀ ਆ ਕਚੋਰ ਜੀ 'ਚ ਰਹਿਣਾ। ਉਹ ਗਗਨ ਤੇਰਾ ਦਿਮਾਗ ਖਰਾਬ ਹੋ ਗਿਆ, ਉਹ ਕੋਠੀ 'ਚ ਆਪਾਂ ਹਲੇ ਨਹੀਂ ਜਾ ਸਕਦੇ, ਉੱਥੇ ਹਲੇ ਭੂਆ ਰਹਿੰਦੀ ਆ। ਉਹ ਦਿਮਾਗ ਮੇਰਾ ਨਹੀਂ ਤੁਹਾਡਾ ਖਰਾਬ ਆ, ਉਹ ਜੇ ਭੂਆ ਰਹਿੰਦੀ ਆ ਉੱਥੇ ਤਾਂ ਰਹੀ ਜਾਵੇ, ਆਪਾਂ ਨੂੰ ਕਿਹੜਾ ਦੰਦੀ ਵੱਢਦੀ ਆ, ਆਪਾਂ ਦੂਜੀ ਕੋਠੀ 'ਚ ਰਵਾਂਗੇ, ਘੱਟੋ ਘੱਟ ਮੈਂ ਆਪਣੇ ਮਾਂ ਪਿਓ ਨੂੰ ਤਾਂ ਉੱਥੇ ਬੁਲਾ ਸਕਦੀ ਹਾਂ। ਤੈਨੂੰ ਨਹੀਂ ਲੱਗਦਾ ਕਿ ਤੇਰੇ ਵੱਲੋਂ ਉੱਥੇ ਜਾਣ ਲਈ ਜ਼ਿਆਦਾ ਜਲਦਬਾਜ਼ੀ ਹੋ ਰਹੀ ਆ? ਉਹ ਤੁਹਾਨੂੰ ਹੀ ਲੱਗਦਾ, ਮੇਰੇ ਦਿਲ ਨੂੰ ਪੁੱਛ ਕੇ ਦੇਖੋ ਮੈਂ ਆਪਣੇ ਮਾਂ ਪਿਓ ਤੋਂ ਬਿਨਾਂ ਕਿਵੇਂ ਰਹਿ ਰਹੀ ਹਾਂ। ਉਹ ਆਹ ਘੜੀ ਦਾ ਤਾਂ ਮੈਂ ਬਹੁਤ ਚਿਰ ਤੋਂ ਇੰਤਜ਼ਾਰ ਕਰ ਰਹੀ ਸੀ, ਮੇਰੇ ਸਬਰ ਦਾ ਹੋਰ ਇਮਤਿਹਾਨ ਲਓ, ਚਲੋ ਇੱਥੋਂ। ਗਗਨ ਦੇਖ, ਆਪਾਂ ਮਿੰਦੋ ਦੇ ਵਿਆਹ ਤੱਕ ਉਰੇ ਰਹਿੰਦੇ ਹਾਂ, ਉਦੋਂ ਬਾਅਦ ਜਿੱਥੇ ਕਹੇਂਗੇ ਆਪਾਂ ਚੱਲ ਪਾਂਗੇ। ਹਾਂ, ਉਹ ਇੱਥੇ ਰਹਿ ਕੇ ਤੁਸੀਂ ਇਹ ਦੇਖਣਾ ਹੋਣਾ ਨਾ ਵੀ ਬਾਪੂ ਤੁਹਾਡਾ ਕੁੜੀਆਂ ਤੇ ਕਿੰਨੇ ਪੈਸੇ ਲੁਟਾ ਰਿਹਾ, ਕਿਵੇਂ ਲੁਟਾ ਰਿਹਾ ਤੇ ਕੀ ਸਮਾਨ ਦੇ ਰਿਹਾ। ਦੇਖ ਅਮਰ, ਬਹੁਤ ਹੋ ਗਿਆ, ਤੂੰ ਆਪਣੇ ਪਰਿਵਾਰ ਲਈ ਤਾਂ ਸਾਰੇ ਫਰਜ਼ ਨਿਭਾ ਰਿਹਾ, ਤੇਰੇ ਮੇਰੇ ਲਈ ਵੀ ਤਾਂ ਕੁਛ ਫਰਜ਼ ਨੇ।
ਜੇ ਤੂੰ ਮੇਰੇ ਨਾਲ ਰਹਿਣਾ ਨਾ ਤੈਨੂੰ ਮੇਰੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਪੈਣਗੀਆਂ। ਮੈਂ ਮਾਲ ਤੇ ਕਲੱਬਾਂ 'ਚ ਘੁੰਮਣ ਵਾਲੀ, ਹਾਈ ਫਾਈ ਕੱਪੜੇ ਪਾਉਣ ਵਾਲੀ, ਉਹ ਤੇਰੇ ਪਿੱਛੇ ਮੈਂ ਕਿੰਨੀ ਐਡਜਸਟਮੈਂਟ ਕੀਤੀ ਆ। ਆ ਦੇਖ ਮੈਨੂੰ, ਮੇਰੇ ਵੱਲ, ਮੈਂ ਕਿੱਦਾਂ ਦੇ ਕੱਪੜੇ ਪਾ ਰਹੀ ਹਾਂ, ਕਿੰਨਾ ਕੁ ਮੈਂ ਕਿਤੇ ਘੁੰਮਣ ਜਾਂਦੀ ਹਾਂ ਬਾਹਰ, ਤੇਰੇ ਲਈ ਮੈਂ ਕਿੰਨੀ ਐਡਜਸਟਮੈਂਟ ਕੀਤੀ ਆ, ਹੋਰ ਦੱਸ ਕੀ ਕਰਾਂ ਮੈਂ। ਗਗਨ ਜੇ ਤੂੰ ਮੇਰੇ ਲਈ ਕਰਦੀ ਆ ਨਾ ਤਾਂ ਮੈਂ ਵੀ ਤੇਰੇ ਲਈ ਬਹੁਤ ਕੁਛ ਕਰਦਾ। ਉਹ ਤੇਰੇ ਕਰਕੇ ਮੈਂ ਭੂਆ ਨੂੰ ਝੂਠ ਬੋਲ ਕੇ ਪੇਪਰਾਂ ਤੇ ਸਾਈਨ ਕਰਵਾਏ ਨੇ, ਹੋਰ ਦੱਸ ਮੈਂ ਕੀ ਕਰਾਂ। ਕੀ ਹੋਇਆ ਮਿੰਦੋ, ਦਰਵਾਜ਼ਾ ਕਾਹਤੋਂ ਖੋਲਤਾ ਇੱਕਦਮ? ਤਾਂ ਕਿ ਤੁਹਾਡੇ ਕਮਰੇ ਦਾ ਹਨੇਰਾ ਸਾਨੂੰ ਬਾਹਰ ਤੱਕ ਦਿਖੇ ਕਿ ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ। ਕੀ ਕਹਿੰਦੇ ਸੀ ਤੁਸੀਂ, ਜਿਹੜੀ ਕੋਠੀ ਭੂਆ ਜੀ ਦੇ ਨਾਮ ਤੇ ਸੀ ਉਹ ਤੁਸੀਂ ਆਪਣੇ ਨਾਮ ਤੇ ਕਰਵਾ ਲਈ, ਉਹ ਵੀ ਝੂਠ ਬੋਲ ਕੇ? ਉਹ ਤਾਂ ਮੈਂ ਦੱਸਣ ਹੀ ਲੱਗਿਆ ਸੀਗਾ। ਅਸੀਂ ਮੀਆਂ ਬੀਵੀ ਆਪਸ ਚ ਕੀ ਗੱਲਾਂ ਕਰਦੇ ਆ, ਉਹ ਤੁਸੀਂ ਚੋਰੀ ਚੋਰੀ ਕੰਨ ਲਾ ਕੇ ਸੁਣਦੇ ਹੋ? ਸ਼ਰਮ ਕਰੋ ਮਾੜੀ ਮੋਟੀ, ਪ੍ਰਾਈਵੇਸੀ ਨਾਂ ਦੀ ਵੀ ਕੋਈ ਚੀਜ਼ ਹੁੰਦੀ ਆ। ਭਾਬੀ ਗੱਲ ਘੁਮਾ ਕੇ ਨਾ ਕਰ, ਜਿਹੜੀ ਗੱਲ ਇਸ ਟਾਈਮ ਚੱਲ ਰਹੀ ਆ ਨਾ ਉਹੀ ਕਰ। ਉਹ ਜਦੋਂ ਦੇ ਤੁਸੀਂ ਇਸ ਘਰ ਦੇ ਵਿੱਚ ਵਿਆਹ ਕੇ ਆਏ ਹੋ ਨਾ, ਤੁਹਾਡੀ ਪ੍ਰਾਈਵੇਸੀ ਕਿਸੇ ਨੇ ਭੰਗ ਨਹੀਂ ਕੀਤੀ। ਜਦੋਂ ਕਮਰੇ ਦੀਆਂ ਆਵਾਜ਼ਾਂ ਬਾਹਰ ਤੱਕ ਆਉਣ ਲੱਗ ਜਾਣ ਨਾ, ਫੇਰ ਤਾਂ ਬੰਦਾ ਉੱਠ ਕੇ ਦੇਖਦਾ ਹੀ ਆ ਵੀ ਚੱਲਦਾ ਕੀ ਪਿਆ। ਉਹ ਘਰ ਦੀਆਂ ਨੂੰਹਾਂ ਤਾਂ ਘਰ ਨੂੰ ਜੋੜ ਕੇ ਰੱਖਦੀਆਂ ਨੇ, ਤੋੜ ਕੇ ਨਹੀਂ। ਕਿਉਂ ਮੇਰੇ ਭਰਾ ਨੂੰ ਮੇਰੇ ਤੋਂ ਵੱਖ ਕਰਨ ਲੱਗੀ ਹੋਈ ਆ? ਉਹ ਹੁਣ ਤੈਨੂੰ ਘਰ ਦਾ ਬੜਾ ਖਿਆਲ ਆ ਰਿਹਾ, ਉਹ ਜਦੋਂ ਘਰੋਂ ਭੱਜਣ ਨੂੰ ਫਿਰਦੀ ਸੀ ਉਦੋਂ ਤੈਨੂੰ ਭਰਾ ਦਾ ਖਿਆਲ ਨਹੀਂ ਆਇਆ? ਗਗਨ ਤੂੰ ਤਾਂ ਆਪਣਾ ਮੂੰਹ ਬੰਦ ਏ ਰੱਖ, ਮੇਰੀ ਕੁੜੀ ਨੂੰ ਬੋਲਣ ਦੀ ਲੋੜ ਨਹੀਂ। ਜੇ ਮੇਰਾ ਮੂੰਹ ਖੁੱਲ ਗਿਆ ਨਾ ਤਾਂ ਤੈਨੂੰ ਜਵਾਬ ਨਹੀਂ ਆਉਣਾ। ਤੁਸੀਂ ਆਪਣਾ ਮੂੰਹ ਖੋਲ ਹੀ ਲਓ, ਕਹਿ ਲਓ ਜੋ ਕਹਿਣਾ। ਗੱਲ ਮੂੰਹ 'ਚੋਂ ਕਹਿਣ ਨੂੰ ਤਾਂ ਮਿੰਟ ਲੱਗਣਾ, ਪਰ ਮੈਂ ਕਹਿ ਨਹੀਂ ਸਕਦੀ ਕਿਉਂਕਿ ਤੇਰੀ ਜ਼ਿੰਦਗੀ ਮੇਰੇ ਪੁੱਤ ਨਾਲ ਜੁੜੀ ਹੋਈ ਆ ਅਤੇ ਮੇਰੇ ਪੁੱਤ ਦੀ ਜ਼ਿੰਦਗੀ ਸਾਡੇ ਨਾਲ ਜੁੜੀ ਹੋਈ ਆ। ਅਤੇ ਤੂੰ ਅਮਰ ਪੁੱਤ ਇੰਨਾ ਲਾਈ ਲੱਗ ਹੋ ਜਾਏਗਾ? ਮੈਨੂੰ ਨਹੀਂ ਸੀ ਪਤਾ ਤੂੰ ਆਪਣੀ ਭੂਆ ਕੋਲ ਜਾ ਕੇ ਉਹ ਤੋਂ ਸਹਿਣ ਵੀ ਕਰਾ ਲਿਆ ਆ ਅਤੇ ਘਰ 'ਚ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ। ਅਮਰ ਕੋਈ ਲਾਈ ਲੱਗ ਨਹੀਂ ਹੈਗਾ, ਬਸ ਹੁਣ ਉਹ ਆਪਣੇ ਬਾਰੇ ਸੋਚਣ ਲੱਗ ਗਿਆ। ਉਹ ਜਦੋਂ ਤਾਂ ਬਾਪੂ ਜੀ ਧੀਆਂ ਨੂੰ ਬੁਲਾਉਂਦੇ ਨਹੀਂ ਸੀ ਉਦੋਂ ਤਾਂ ਅਮਰ ਪੁੱਤ ਹੁੰਦੀ ਸੀ, ਹੁਣ ਕਿਰਨ ਪੁੱਤ, ਮਿੰਦੋ ਪੁੱਤ ਤੇ ਅਮਰ ਦਾ ਕਿਤੇ ਨਾਂ ਨਿਸ਼ਾਨ ਵੀ ਨਹੀਂ ਹੈਗਾ। ਬਸ ਕਰ ਗਗਨ, ਕਦੇ ਮੁੰਡੇ ਨੂੰ ਬਿਨਾਂ ਦੱਸੇ ਪੁੱਛੇ ਕੋਈ ਕੰਮ ਹੁੰਦਾ? ਕਿਵੇਂ ਉਹਦਾ ਦਿਮਾਗ ਖਰਾਬ ਕਰਨ ਲੱਗੀ ਹੋਈ ਆ। ਤੁਸੀਂ ਤਾਂ ਚਾਚੀ ਜੀ ਚੁੱਪ ਹੀ ਰਹੋ, ਤੇ ਜੇ ਹੁਣ ਤੁਹਾਨੂੰ ਸਾਰੀ ਗੱਲ ਦਾ ਪਤਾ ਲੱਗ ਹੀ ਗਿਆ ਨਾ, ਆਮੋ ਸਾਹਮਣੇ ਬਹਿ ਕੇ ਗੱਲ ਕਰ ਲੈਂਦੇ ਹਾਂ। ਅਸੀਂ ਇੱਥੇ ਰਹਿਣਾ ਤਾਂ ਕੋਈ ਹੈ ਨਹੀਂ, ਅਸੀਂ ਹੁਣ ਰਹਿਣਾ ਕੋਠੀ 'ਚ, ਤੇ ਮੈਨੂੰ ਨਹੀਂ ਲੱਗਦਾ ਵੀ ਸਾਡੇ ਇੱਥੇ ਰਹਿਣ ਜਾਂ ਨਾ ਰਹਿਣ ਨਾਲ ਕਿਸੇ ਨੂੰ ਬਾਹਲਾ ਫਰਕ ਪੈਂਦਾ। ਚੁੱਪ ਕਰੋ ਹੁਣ, ਕਿਉਂ ਨਹੀਂ ਫਰਕ ਪੈਂਦਾ? ਉਹ ਸਾਰਾ ਕੁਝ ਤੁਹਾਡਾ ਹੀ ਆ, ਆ ਵੀ ਤੇ ਉਧਰ ਲਾ ਵੀ। ਉਹ ਪੁੱਤ ਕੱਲਾ ਕੱਲਾ ਮੁੰਡਾ ਤੂੰ, ਉਹ ਦੂਰ ਹੋਣ ਵਾਲੀਆਂ ਗੱਲਾਂ ਕਿਉਂ ਕਰਦਾ? ਉਹ ਆਪਣਾ ਕਿਹੜਾ ਕੁਝ ਵੰਡਿਆ ਹੋਇਆ? ਚਾਚਾ ਜੀ ਕਮ ਸੇ ਕਮ ਤੁਸੀਂ ਤਾਂ ਇਹ ਗੱਲ ਨਾ ਕਹੋ, ਉਹ ਤੁਸੀਂ ਵੀ ਤਾਂ ਦੋਨਾਂ ਭਰਾਵਾਂ ਨੇ ਵੰਡਿਆ ਹੀ ਹੋਇਆ। ਆ ਦੋਨਾਂ ਘਰਾਂ 'ਚ ਕੀਤੀ ਹੋਈ ਕੰਧ ਗਵਾਹੀ ਦਿੰਦੀ ਆ। ਜੇ ਇੰਨਾ ਹੀ ਪਿਆਰ ਆ ਨਾ ਪਹਿਲਾਂ ਕੰਧ ਢਾਓ, ਤੁਸੀਂ ਵੀ ਤਾਂ ਲਿਖਤ ਪੜ੍ਹਤ ਕੀਤੀ ਹੋਣੀ ਆ, ਫੇਰ ਹੀ ਕੰਧ ਹੋਈ ਹੋਣੀ ਵੀ ਤੁਹਾਡਾ ਕੀ ਆ ਤੇ ਤੁਹਾਡਾ ਕੀ। ਪਰ ਅਮਰ ਨੂੰ ਪਤਾ ਕਿ ਉਹਦੇ ਕੋਲ ਕੀ ਆ? ਬਸ ਕਰ ਗਗਨ, ਕੁਛ ਜ਼ਿਆਦਾ ਹੀ ਹੋ ਗਿਆ, ਜ਼ਬਾਨ ਦੀ ਵੀ ਕੋਈ ਅਹਿਮੀਅਤ ਹੁੰਦੀ ਆ। ਜਦ ਉਹਨੂੰ ਕਹਿਤਾ ਨਾ ਸਾਰਾ ਕੁਛ ਉਹਦਾ ਤਾਂ ਉਹਦਾ ਹੀ ਆ। ਠੀਕ ਆ ਬਾਪੂ ਜੀ, ਮੈਂ ਮੰਨ ਲੈਂਦੀ ਆ, ਪਰ ਕਾਨੂੰਨ ਨਹੀਂ ਨਾ ਮੰਨਦਾ, ਉਹ ਤਾਂ ਕਾਗਜ਼ੀ ਕਾਰਵਾਈ ਨਹੀਂ ਮੰਨਦਾ।
ਅਮਰ ਪੁੱਤ ਇਹਨੂੰ ਚੁੱਪ ਕਰਵਾ ਲਾ। ਕਿਹਨੂੰ ਕਿਹਨੂੰ ਚੁੱਪ ਕਰਾਉਂਗੇ ਬਾਪੂ ਜੀ, ਗਗਨ ਠੀਕ ਤਾਂ ਕਹਿੰਦੀ ਪਈ ਆ। ਠੀਕ ਆ ਫਿਰ ਸ਼ਾਮ ਨੂੰ ਬਹਿਨੇ ਆ, ਕਰਦੇ ਆ ਇਹਦੇ ਤੇ ਗੱਲ। ਠੀਕ ਆ ਜੀ। ਸ਼ਾਮ ਨੂੰ ਬੈਠਣ ਤੋਂ ਪਹਿਲਾਂ ਪੁੱਤ ਇੱਕ ਗੱਲ ਕਹਿ ਦੇਵਾਂ ਮੈਂ ਤੁਹਾਨੂੰ, ਸਾਡੀ ਕੋਈ ਲਿਖਤ ਪੜ੍ਹਤ ਨਹੀਂ ਹੋਈ ਵੀ, ਵੀਰੇ ਦੀ ਜਵਾਨੀ ਆ ਕਿ ਉੱਧਰਲਾ ਪਾਸਾ ਮੇਰਾ, ਅਤੇ ਅੱਜ ਮੈਂ ਤੈਨੂੰ ਜਵਾਨ ਦਿੰਦਾ ਕਿ ਉਹ ਵਾਲਾ ਪਾਸਾ ਵੀ ਤੇਰਾ ਹੀ ਆ। ਉਹ ਲਿਆ ਹੁਣ ਰੋਟੀ। ਉਹ ਤੈਨੂੰ ਰੋਟੀ ਲਿਆਉਣ ਨੂੰ ਕਿਹਾ ਮੈਂ, ਉਹ ਤੂੰ ਆ ਕੇ ਮੋਬਾਈਲ ਚਲਾਈ ਜਾਂਦੀ ਆ। ਮੇਰੇ ਤੋਂ ਨੀ ਬਣਦੀਆਂ ਰੋਟੀਆਂ ਰੁਟੀਆਂ। ਕਿਉਂ ਕੀ ਹੋ ਗਿਆ, ਮੈਂ ਕਿਹੜਾ ਕੁਛ ਕਿਹਾ ਤੈਨੂੰ? ਉੱਥੇ ਸਾਰੇ ਕੁਛ ਕਹਿ ਤਾਂ ਆਇਓ, ਹੁਣ ਕਹਿਣ ਨੂੰ ਰਹਿ ਗਿਆ ਕੁਛ ਇੱਥੇ? ਉਹ ਮੈਂ ਇਹੋ ਜਿਹਾ ਗਲਤ ਕੀ ਕਹਿਤਾ ਉਹ ਜਿਹਦੇ ਕਰਕੇ ਤੂੰ ਮੂੰਹ ਬਣਾ ਬੈਠੀ ਆ? ਆਹੀ ਸਾਰਾ ਕੁਛ ਤੇਰਾ ਹੀ ਆ ਨਾ, ਕਿਉਂ ਆਪਣੀ ਧੀ ਨੀ ਹੈਗੀ ਜਾਂ ਆਪਣਾ ਜਵਾਈ ਨੀ ਹੈਗਾ? ਜਿਹਨੂੰ ਸਾਰਾ ਕੁਛ ਦੇਣ ਨੂੰ ਫਿਰਦੇ ਹੋ ਉਹ ਆਪਣੇ ਮਾਪਿਆਂ ਨੂੰ ਨੀ ਪੁੱਛਦਾ ਤੇ ਆਪਾਂ ਨੂੰ ਕੀ ਪੁੱਛੂਗਾ? ਉਹ ਤਾਂ ਆਪਣੇ ਮਾਂ ਪਿਓ ਨੂੰ ਛੱਡ ਕੇ ਜਾਣ ਦੀਆਂ ਗੱਲਾਂ ਕਰਦਾ ਆ, ਤੇ ਤੁਸੀਂ ਸੋਚੀ ਬੈਠੇ ਹੋ ਕਿ ਉਹ ਆਪਾਂ ਨੂੰ ਸਾਂਭੂਗਾ? ਦੇਖੋ ਜੀ, ਆਪਾਂ ਧੀ ਵਿਆਹ ਕੇ ਪੁੱਤ ਲਿਆਂਦਾ ਤੇ ਜਵਾਈ ਵੀ ਪੁੱਤਾਂ ਵਰਗੇ ਹੁੰਦੇ ਆ। ਉਹ ਭਗਵਾਨੇ, ਉਹ ਮੈਂ ਕਿਹੜਾ ਨਕਾਰਦਾ ਪਿਆ? ਜੇ ਤੁਸੀਂ ਨਕਾਰਦੇ ਨੀ ਨਾ ਪਏ ਤਾਂ ਤੁਸੀਂ ਮੰਨਦੇ ਵੀ ਨੀ ਪਏ, ਤੁਸੀਂ ਸਾਰਾ ਕੁਛ ਅਮਰ ਨੂੰ ਦੇਣ ਨੂੰ ਫਿਰਦੇ ਹੋ। ਆਪਾਂ ਆਪਣੀ ਧੀ ਨੂੰ ਨਾ ਸਾਰੀ ਜ਼ਿੰਦਗੀ ਪੁੱਤਾਂ ਵਾਂਗੂ ਪਾਲਿਆ, ਲੇਕਿਨ ਜਦੋਂ ਅੱਜ ਪ੍ਰਾਪਰਟੀ ਦੀ ਗੱਲ ਆਈ ਤਾਂ ਤੁਹਾਨੂੰ ਧੀ ਤੇ ਪੁੱਤਰ 'ਚ ਫਰਕ ਪਤਾ ਲੱਗਣ ਲੱਗ ਗਿਆ। ਜਦੋਂ ਨਵੀਂ ਨੂੰ ਪਤਾ ਲੱਗੂ ਉਹਦੇ ਦਿਲ ਤੇ ਕੀ ਬੀਤੂਗੀ ਕਿ ਸਾਰੀ ਜ਼ਿੰਦਗੀ ਤਾਂ ਬਾਪੂ ਜੀ ਮੈਨੂੰ ਪੁੱਤ ਪੁੱਤ ਕਰਦੇ ਰਹੇ, ਲੇਕਿਨ ਜਦ ਅੱਜ ਪ੍ਰਾਪਰਟੀ ਦੀ ਗੱਲ ਆਈ ਤਾਂ ਉਹ ਪੁੱਤ ਤੋਂ ਧੀ ਹੋ ਗਈ। ਉਹ ਭਗਵਾਨੇ, ਉਹ ਤੂੰ ਤਾਂ ਗੱਲ ਨੂੰ ਗਲਤ ਪਾਸੇ ਲਈ ਜਾਂਦੀ ਆ। ਉਹ ਮੈਂ ਤਾਂ ਮਾਮਲਾ ਠੰਡਾ ਕਰਨ ਵਾਸਤੇ ਅਮਰ ਨੂੰ ਟਾਲਣ ਵਾਸਤੇ ਗੱਲ ਕਹੀ ਸੀ ਵੀ ਉਹਨੂੰ ਲੱਗੂਗਾ ਵੀ ਸਾਰਾ ਕੁਛ ਉਹਦਾ ਹੀ ਆ, ਉਹ ਅਮਰ ਤੇ ਬਾਈ ਸ਼ਾਂਤ ਹੋ ਜਾਣਗੇ। ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਤੁਸੀਂ ਕਦ ਤੱਕ ਬਾਈ ਦੀ ਛਤਰ ਛਾਇਆ 'ਚ ਰਹੋਗੇ, 24 ਘੰਟੇ ਬਾਈ 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 ਕਰਦੇ ਰਹਿੰਦੇ ਹੋ, ਤੁਸੀਂ ਕੋਈ ਵੀ ਕੰਮ ਉਹਨਾਂ ਨੂੰ ਬਿਨਾਂ ਪੁੱਛੇ ਕਰ ਨਹੀਂ ਸਕਦੇ? ਉਹ ਰੱਜੋ ਕੀ ਬੋਲੀ ਜਾਂਦੀ ਆ, ਉਹ ਕੀ ਬਕਵਾਸ ਕਰੀ ਜਾਂਦੀ ਆ, ਉਹ ਤੈਨੂੰ ਕੁਛ ਪਤਾ ਵੀ ਹੈ ਉਹ ਤੇਰੇ ਮੂੰਹੋਂ ਕੀ ਕੁਛ ਨਿਕਲ ਜਾਂਦਾ? ਜੋ ਵੀ ਨਿਕਲਦਾ ਨਾ ਸੱਚ ਹੀ ਨਿਕਲਦਾ। ਐਂ ਕਰੋ ਜਿਵੇਂ ਆਪਦੇ ਮੂੰਹ ਨੂੰ ਛਿੱਕਲੀ ਪਾਈ ਆ ਨਾ, ਮੇਰੇ ਮੂੰਹ ਨੂੰ ਵੀ ਪਾ ਦੋ। ਬੜਾ ਸੋਹਣਾ ਮੂੰਹ ਜਿਹਾ ਹਿਲਾ ਕੇ ਕਹਿਤਾ, ਅਮਰ ਨੂੰ ਟਾਲਣ ਵਾਸਤੇ ਕਿਹਾ ਸੀ ਨਾ, ਇਹ ਨੀ ਪਤਾ ਜਿਹੜੀ ਉਹ ਨਮੂਨਾ ਜੀ ਵਿਆਹ ਕੇ ਲਿਆਂਦੀ ਆ ਕਿੰਨੀ ਤੇਜ਼ ਆ, ਹੈ ਜਿੱਦਾਂ ਭੂਆ ਤੋਂ ਸਾਈਨ ਕਰਾ ਲਿਆ ਆਈ, ਇੱਕ ਦਿਨ ਕਾਗਜ਼ ਲਿਆ ਕੇ ਤੁਹਾਡੇ ਮੂਹਰੇ ਵੀ ਰੱਖ ਦੂ, ਚਾਚਾ ਜੀ ਸਾਈਨ ਕਰ ਦਵੋ ਤਾਂ ਫਿਰ ਕੀ ਕਰੋਗੇ? ਉਹ ਰੱਜੋ, ਉਹ ਥੋੜਾ ਹਿਸਾਬ ਨਾਲ ਬੋਲ, ਉਹ ਤੂੰ ਤਾਂ ਜਮੇ ਮੇਰੀ ਬੇਇੱਜ਼ਤੀ ਕਰਨ ਲੱਗੀ, ਆ ਜੀ ਜੀ ਤੋਂ ਤੂੰ ਤੜਕ ਤੇ ਆ ਗਈ ਸਿੱਧਾ। ਕਿਉਂਕਿ ਪਿਆਰ ਤੇ ਇੱਜ਼ਤ ਦੇ ਨਾਲ ਤੁਹਾਡੇ ਕੰਨ ਦੇ ਉੱਤੇ ਕੋਈ ਜੂ ਨਹੀਂ ਰਹਿੰਗੀ, ਇਸ ਲਈ ਨਾ ਮੈਂ ਤੁਹਾਡੇ ਅੱਗੇ ਬੰਨੇ ਹੱਥ, ਜਦੋਂ ਸ਼ਾਮ ਨੂੰ ਕੋਈ ਗੱਲ ਬਹਿ ਕੇ ਕਰਨੀ ਹੈ ਨਾ ਤਾਂ ਉੱਥੇ ਸੋਚ ਸਮਝ ਕੇ ਬੋਲੀਓ, ਨਹੀਂ ਤਾਂ ਮੇਰੇ ਤੋਂ ਚੁੱਪ ਨਹੀਂ ਰਿਹਾ ਜਾਣਾ, ਮੈਂ ਨਹੀਂ ਦੇਖਣਾ ਕੌਣ ਬੈਠਾ, ਮੈਂ ਤਾਂ ਫਿਰ ਆ ਕੇ ਬੋਲ ਦੇਣਾ ਸਭ ਕੁਛ। ਹਾਂ ਅਮਰ ਪੁੱਤ, ਹੁਣ ਤੂੰ ਦੱਸ ਕੀ ਚਾਹੁੰਦਾ ਤੂੰ? ਬਾਪੂ ਜੀ, ਹੁਣ ਇੱਕ ਗੱਲ ਨੂੰ ਹੋਰ ਕਿੰਨੀ ਕੁ ਵਾਰ ਮੈਨੂੰ ਕਹਿਣਾ ਪਊਗਾ?
ਸਿੱਧੀ ਜੀ ਗੱਲ ਆ ਕਿ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ, ਮੈਂ ਕੋਠੀ 'ਚ ਰਹਿਣਾ। ਪੁੱਤ ਕੋਠੀ 'ਚ ਰਹਿਣਾ ਤੂੰ ਰਹਿ ਪਈ, ਉਹਨੂੰ ਮਨਾ ਨਹੀਂ ਕੀਤਾ, ਪਹਿਲਾਂ ਜਗ੍ਹਾ ਦੇਖ ਲੈਣ ਦੇ, ਕੋਠੀ ਬਣਾ ਲੈਣ ਦੇ, ਉਹਨੂੰ 6-7 ਮਹੀਨੇ ਤਾਂ ਲੱਗਣਗੇ ਨਾ। ਚਲੋ ਠੀਕ ਹੈ ਬਾਪੂ ਜੀ, ਜੇ ਤੁਸੀਂ ਇੱਦਾਂ ਕਹਿੰਦੇ ਹੋ ਤਾਂ ਇੱਦਾਂ ਹੀ ਸਹੀ, ਤੁਸੀਂ ਜਗ੍ਹਾ ਲਓ ਮੇਰੇ ਨਾਮ 'ਤੇ ਕਰਵਾਓ, ਮੈਨੂੰ ਵੀ ਇਹ ਹੋਵੇ ਕਿ ਮੇਰੇ ਵੀ ਹਿੱਸੇ ਕੁਛ ਹੈਗਾ। ਹਿੱਸੇ ਨੂੰ ਪੁੱਤ ਮੇਰਾ ਕਿਹੜਾ, 2-4 ਮੁੰਡੇ ਨੇ, ਇਕੱਲਾ ਇਕੱਲਾ ਤੂੰ ਮੇਰਾ ਪੁੱਤ ਆ, ਆ ਜਿੰਨਾ ਕੁਛ ਹੈਗਾ ਇਹ ਸਾਰਾ ਕੁਛ ਤੇਰਾ ਹੀ ਆ। ਆ ਹਿੱਸੇ ਦੀਆਂ ਗੱਲਾਂ ਕਰਦਾ ਤੂੰ ਹੁਣ ਚੰਗਾ ਨਹੀਂ ਲੱਗਦਾ। ਚੰਗਾ ਨਹੀਂ ਲੱਗਦਾ ਬਾਪੂ ਜੀ, ਅਸਲ 'ਚ ਗੱਲ ਪਤਾ ਕੀ ਆ, ਤੁਹਾਨੂੰ ਇਸ ਟਾਈਮ ਚੰਗਾ ਮੈਂ ਵੀ ਨਹੀਂ ਲੱਗਦਾ। ਗੱਲਾਂ ਗੱਲਾਂ 'ਚ ਹੀ ਕਹੀ ਜਾਂਦੇ ਹੋ ਕਿ ਸਾਰਾ ਕੁਛ ਤੇਰਾ ਹੀ ਆ, ਸਾਰਾ ਕੁਛ ਤੇਰਾ ਹੀ ਆ, ਉਹ ਫਿਰ ਕਰਵਾ ਦਿਓ ਮੇਰੇ ਨਾਮ। ਮੈਂ ਤਾਂ ਕਹਿੰਦਾ ਕਿ ਤੁਸੀਂ ਵੀ ਮੇਰੇ ਨਾਲ ਚੱਲੋ। ਬਾਪੂ ਜੀ ਇੱਕ ਗੱਲ ਦੱਸੋ, ਤੁਹਾਡਾ ਇੱਥੇ ਦਮ ਨਹੀਂ ਘੁੱਟਦਾ? ਪੁੱਤ ਜਿਹੜੀ ਚੀਜ਼ ਦਮ ਦੇ ਨਾਲ ਬਣਾਈ ਹੋਵੇ ਨਾ, ਉੱਥੇ ਦਮ ਨਹੀਂ ਘੁੱਟਦਾ, ਉੱਥੇ ਸਕੂਨ ਦੇ ਸਾਹ ਆਉਂਦੇ ਨੇ। ਇਹ ਇਕੱਲਾ ਘਰ ਨਹੀਂ, ਮਿਹਨਤ ਦੀ ਕਮਾਈ ਨਾਲ ਬਣਾਇਆ ਹੋਇਆ ਮਹਿਲ ਆ। ਜਦੋਂ ਤੂੰ ਛੋਟਾ ਹੁੰਦਾ ਸੀ ਨਾ, ਆਹ ਵਿਹੜਾ ਤੇਰੇ ਲਈ ਬਹੁਤ ਬੜਾ ਸੀ, ਹੁਣ ਤੇਰਾ ਹੀ ਇੱਥੇ ਦਮ ਘੁੱਟਣ ਲੱਗ ਗਿਆ। ਹਾਂ ਘੁੱਟਦਾ, ਕਿਉਂਕਿ ਬਾਪੂ ਜੀ ਉਸ ਟਾਈਮ ਮੈਂ ਛੋਟਾ ਸੀ ਤੇ ਉਦੋਂ ਮੈਂ ਇੱਥੇ ਖੇਡਣਾ ਸੀ, ਤੇ ਹੁਣ ਮੈਂ ਵੱਡਾ ਹੋ ਗਿਆ, ਹੁਣ ਮੈਂ ਇੱਥੇ ਰਹਿਣਾ, ਮੇਰਾ ਤਾਂ ਕਰਕੇ ਦਮ ਘੁੱਟਦਾ। ਅਮਰ ਤੂੰ ਇੱਕ ਵਾਰੀ ਸਾਡੇ ਬਾਰੇ ਤਾਂ ਸੋਚ, ਤੂੰ ਸਾਡੇ ਬਾਰੇ ਜਮਾਂ ਹੀ ਨਹੀਂ ਸੋਚ ਰਿਹਾ। ਕਿਰਨ ਵਿਆਹ ਕੇ ਚਲੀ ਗਈ ਤੇ ਕੁਛ ਕੁ ਦਿਨਾਂ ਨੂੰ ਮਿੰਦੋ ਨੇ ਵੀ ਵਿਆਹ ਕੇ ਚਲੇ ਜਾਣਾ। ਤੂੰ ਸਾਡੇ ਬੁਢਾਪੇ ਦਾ ਸਹਾਰਾ, ਸਾਡੇ ਬੁਢਾਪੇ ਬਾਰੇ ਤਾਂ ਸੋਚ। ਮੰਮੀ ਜੀ ਹੁਣ ਤੁਸੀਂ ਆਹ ਗੱਲਾਂ ਕਰਕੇ ਨਾ ਇਮੋਸ਼ਨਲ ਬਲੈਕਮੇਲ ਨਾ ਕਰੋ ਮੈਨੂੰ। ਬਾਪੂ ਜੀ ਨੇ ਮੈਨੂੰ ਕਿਹਾ ਕਿ ਤੈਨੂੰ ਕੋਠੀ ਬਣਵਾ ਕੇ ਦਊਂਗਾ ਤੇ ਤੁਸੀਂ ਆਹ ਮੁੱਕਰਦੇ ਪਏ ਹੋ ਹੁਣ। ਮੁੱਕਰਦਾ ਵੀਰੇ ਤੂੰ ਵੀ ਰਿਹਾ, ਤੈਂ ਵੀ ਮੈਨੂੰ ਵਾਅਦਾ ਕੀਤਾ ਸੀ ਨਾ ਵੀ ਤੂੰ ਮੰਮੀ ਤੇ ਬਾਪੂ ਜੀ ਨੂੰ ਕਦੇ ਛੱਡੇਗਾ ਨੀ, ਇੱਥੇ ਬਹਿ ਕੇ ਤੂੰ ਵੀ ਛੱਡਣ ਦੀਆਂ ਗੱਲਾਂ ਕਰ ਰਿਹਾ। ਭੈਣੇ ਮੈਂ ਛੱਡਣ ਨੂੰ ਨੀ ਕਹਿੰਦਾ ਪਿਆ, ਮੈਂ ਤਾਂ ਆਪ ਕਹਿੰਦਾ ਪਿਆ ਕਿ ਮੇਰੇ ਨਾਲ ਚੱਲੋ, ਪਰ ਇਹੀ ਕਹਿੰਦੇ ਪਏ ਨੇ ਕਿ ਨਹੀਂ ਜੀ ਆਹ ਘਰ ਸਾਡੇ ਲਈ ਮਹਿਲ ਆ। ਪੁੱਤ ਜਿੱਥੇ ਜੜਾਂ ਹੁੰਦੀਆਂ ਨੇ ਨਾ ਉੱਥੇ ਹੀ ਰੁੱਖ ਹਰੇ ਹੁੰਦੇ ਨੇ, ਤੇ ਇਹ ਘਰ ਸਾਡੇ ਲਈ ਜੜਾਂ ਨੇ ਤੇ ਤੂੰ ਉਹੀ ਜੜਾਂ ਪੱਟਣ ਨੂੰ ਫਿਰਦਾ। ਜੜਾਂ ਦੀ ਗੱਲ ਕਰਦੇ ਹੋ ਨਾ, ਠੀਕ ਆ, ਪਿੰਡੋਂ ਬਾਹਰ ਜਿਹੜੀਆਂ 2 ਕੋਠੀਆਂ ਬਣੀਆਂ ਹੋਈਆਂ ਨੇ ਉੱਥੇ ਚੱਲਦੇ ਆ, ਉਹਨਾਂ ਦੀਆਂ ਜੜਾਂ ਤਾਂ ਤੁਹਾਡੇ ਨਾਲ ਹੀ ਜੁੜੀਆਂ ਹੋਈਆਂ ਨੇ ਨਾ, ਉੱਥੇ ਜਾ ਕੇ ਰਹਿ ਲੈਂਦੇ ਆ, ਉਹ ਤਾਂ ਤੁਸੀਂ ਸ਼ੌਂਕ ਨਾਲ ਬਣਵਾਈਆਂ ਸੀ ਨਾ। ਪੁੱਤ ਕੋਠੀਆਂ ਤਾਂ ਅਸੀਂ ਸ਼ੌਂਕ ਨਾਲ ਬਣਵਾਈਆਂ ਸੀ, ਉਹ ਜਗ੍ਹਾ ਸਾਡੇ ਨਾਮ ਨਹੀਂ ਪੰਮੀ ਦੇ ਨਾਮ 'ਤੇ ਆ। ਚਲੋ ਠੀਕ ਆ, ਜੇ ਉਹ ਜਗ੍ਹਾ ਪੰਮੀ ਭੂਆ ਦੇ ਨਾਮ 'ਤੇ ਨਹੀਂ ਰਹਿੰਦੀ, ਆਪਣੇ ਨਾਮ 'ਤੇ ਹੋ ਜਾਂਦੀ ਆ, ਫਿਰ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਨਾ। ਬੋਲੋ ਕੀ ਹੋਇਆ ਸਾਰਿਆਂ ਨੂੰ, ਚੁੱਪ ਕਾਹਤੋਂ ਕਰ ਗਏ, ਫਿਰ ਤਾਂ ਕੋਈ ਇਤਰਾਜ਼ ਨਹੀਂ ਨਾ। ਨਹੀਂ ਕੋਈ ਇਤਰਾਜ਼ ਨਹੀਂ। ਬਸ ਫਿਰ ਸੁਣੋ ਸਾਰੇ ਜਣੇ ਧਿਆਨ ਨਾਲ, ਪੰਮੀ ਭੂਆ ਤੋਂ ਮੈਂ ਪੇਪਰਾਂ 'ਤੇ ਸਾਈਨ ਕਰਵਾ ਚੁੱਕੀ ਹਾਂ ਅਤੇ ਜਗ੍ਹਾ ਮੇਰੇ ਨਾਮ 'ਤੇ ਹੋ ਗਈ। ਤੇਰੇ ਨਾਮ 'ਤੇ ਜਗ੍ਹਾ ਹੋ ਚੁੱਕੀ ਆ? ਹਾਂਜੀ ਹੋ ਚੁੱਕੀ ਆ। ਕੀ ਹੋਇਆ ਚਾਚਾ ਜੀ, ਤੁਸੀਂ ਕਾਹਤੋਂ ਹੈਰਾਨ ਹੋਈ ਜਾਂਦੇ ਹੋ,
ਉਹ ਤੁਹਾਡਾ ਤਾਂ ਹੈਰਾਨ ਹੋਣਾ ਬਣਦਾ ਹੀ ਨਹੀਂ। ਪਰ ਇੱਕ ਗੱਲ ਆ ਚਾਚਾ ਜੀ, ਤੁਸੀਂ ਬੜਾ ਜ਼ੋਰ ਲਾਇਆ, ਬੜੀਆਂ ਚਾਲਾਂ ਚੱਲੀਆਂ ਕਿ ਉਹ ਜਗ੍ਹਾ ਮੇਰੇ ਨਾਮ 'ਤੇ ਹੋਵੇ ਨਾ, ਪਰ ਅਫਸੋਸ ਤੁਹਾਡੀਆਂ ਸਾਰੀਆਂ ਚਾਲਾਂ ਫੇਲ ਹੋ ਗਈਆਂ। ਕੀ ਬੋਲੀ ਜਾਂਦਾ, ਜਗ੍ਹਾ ਤੇਰੇ ਨਾਮ 'ਤੇ ਹੋ ਗਈ ਨਾ, ਵਧਾਈਆਂ ਤੈਨੂੰ, ਮੇਰੇ 'ਤੇ ਝੂਠੇ ਇਲਜ਼ਾਮ ਲਾਉਣ ਦੀ ਲੋੜ ਨਹੀਂ। ਇਲਜ਼ਾਮ ਤਾਂ ਚਾਚਾ ਜੀ ਮੈਂ ਤਾਂ ਲਾਵਾਂ ਜੇ ਤੁਸੀਂ ਕੁਛ ਕੀਤਾ ਨਾ ਹੋਵੇ, ਸਾਰੀ ਖੇਡ ਤਾਂ ਤੁਸੀਂ ਰਚਾਈ ਆ। ਅਮਰ ਬਸ ਕਰ, ਆਪਣੇ ਚਾਚੇ ਦੇ ਮੂਹਰੇ ਇੱਦਾਂ ਨਾ ਬੋਲ, ਤਮੀਜ਼ ਨਾਲ ਗੱਲ ਕਰ। ਤਮੀਜ਼ ਨਾਲ? ਆ ਥੋੜ੍ਹੀ ਦੇਰ ਪਹਿਲਾਂ ਜੜਾਂ ਦੀ ਗੱਲ ਕੌਣ ਕਰਦਾ ਸੀ? ਮੰਮੀ ਜੀ ਤੁਸੀਂ ਤਾਂ ਸੁਣੋ ਫਿਰ, ਆਹ ਆਪਣੇ ਘਰ ਦੀਆਂ ਜੜਾਂ ਨਾ ਚਾਚਾ ਜੀ ਦਾ ਵੱਢਣ ਲੱਗੇ ਹੋਏ ਸੀ। ਅਮਰ ਬਸ ਕਰ, ਕਿਹਾ ਨਾ ਬਹੁਤ ਹੋ ਗਿਆ। ਬਾਪੂ ਜੀ ਬਹੁਤ ਹਲੇ ਹੋਇਆ ਨਹੀਂ, ਬਹੁਤ ਕੁਛ ਹੋ ਜਾਣਾ ਸੀ, ਆ ਤੁਹਾਡੇ ਭਰਾ ਨਹੀਂ ਕਰ ਦੇਣਾ ਸੀ। ਦੱਸੋ ਚਾਚਾ ਜੀ, ਤੁਹਾਡੇ ਤੋਂ ਨਹੀਂ ਦੱਸ ਹੋਣਾ, ਮੈਂ ਹੀ ਦੱਸਦਾ। ਆ ਜਿਹੜੀ ਭੂਆ ਦਾ ਨਾਮ ਤੁਸੀਂ ਸੁਣ ਨਹੀਂ ਨਾ ਸਕਦੇ ਸੀ, ਚਾਚਾ ਉਹਨੂੰ ਜਾ ਕੇ ਮਿਲਦਾ ਰਿਹਾ। ਹਲੇ ਹੋਰ ਸੁਣੋ ਬਾਪੂ ਜੀ, ਕੋਠੀਆਂ ਦੇ ਲਾਲਚ ਦੇ ਵਿੱਚ ਆ ਕੇ ਚਾਚੇ ਨੇ ਨਾ ਭੂਆ ਨੂੰ ਉਹਨਾਂ ਕੋਠੀਆਂ ਦੇ ਵਿੱਚ ਹੀ ਠਹਿਰਾਇਆ ਹੋਇਆ ਜਿਨ੍ਹਾਂ ਦਾ ਇਸ ਘਰ ਦੇ ਵਿੱਚ ਪਿਛਲੇ ਇੱਕ ਮਹੀਨੇ ਤੋਂ ਰੌਲਾ ਚੱਲਦਾ ਪਿਆ।